ਗੁਰੂ ਨਾਨਕ ਸਾਹਿਬ ਨੂੰ ਬਚਪਨ ਦੇ ਵਿੱਚ ਜਨੇਊ ਪਾਉਣ ਦੇ ਲਈ ਪੰਡਿਤ ਹਰਦਿਆਲ ਜੀ ਨੇ ਪ੍ਰੇਰਣਾ ਕੀਤੀ ਪਰ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਕਿਉਂ ਨਾ ਕੀਤੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਉਹਨਾਂ ਦੀ ਮਾਤਾ ਜੀ ਨੂੰ ਵੀ ਜਨੇਊ ਪਹਿਣਾ ਚਾਹੀਦਾ ਅਤੇ ਉਹਨਾਂ ਨੇ ਮਨਾ ਕਰਤਾ ਸੀ ਕਿ ਇਸਤਰੀ ਨੂੰ ਨਹੀਂ ਪਾ ਸਕਦੇ ਫਿਰ ਉਹਨਾਂ ਨੇ ਕਿਹਾ ਸੀ ਕਿ ਉਹ ਭਾਈ ਮਰਦਾਨਾ ਜੀ ਉਹਨਾਂ ਦੇ ਮਿੱਤਰ ਨੇ ਉਹ ਸਾਰਾ ਦਿਨ ਉਹਨਾਂ ਨਾਲ ਬਿਲਕੁਲ ਠੀਕ ਜੀ ਸ਼ਾਬਾਸ਼ ਇਹਨਾਂ ਨੂੰ ਪੂਰੇ ਨੰਬਰ ਦੇ ਦਿਓ ਜੀ ਗੁਰੂ ਨਾਨਕ ਸਾਹਿਬ ਨੇ ਇਸ ਲਈ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਕਿਉਂਕਿ ਪੰਡਿਤ ਹਰਦਿਆਲ ਜੀ ਨੇ ਉਹਨਾਂ ਦੇ ਮਾਤਾ ਤ੍ਰਿਪਤਾ ਜੀ ਨੂੰ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਅਤੇ ਫਿਰ ਉਹਨਾਂ ਨੇ ਉਹਨਾਂ ਦੇ ਮਿੱਤਰ ਮਰਦਾਨਾ ਜੀ ਨੂੰ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਅਤੇ ਗੁਰੂ ਸਾਹਿਬ ਸਾਰਿਆਂ ਨੂੰ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦੇਣਾ ਚਾਹੁੰਦੇ ਸੀ ਇਸ ਕਰਕੇ ਗੁਰੂ ਸਾਹਿਬ ਨੇ ਵੀ ਮਨਾ ਕਰ ਦਿੱਤਾ ਕਿ ਭਾਵੇਂ ਮੇਰਾ ਪਰਿਵਾਰ ਇਕੱਠਾ ਹੋਇਆ ਭਾਵੇਂ ਤੁਸੀਂ ਕਹਿ ਰਹੇ ਹੋ ਮੇਰੇ ਪਿਤਾ ਜੀ ਦੀ ਬੇਇੱਜ਼ਤੀ ਹੋ ਰਹੀ ਹੈ ਭਾਵੇਂ ਤੁਸੀਂ ਕਹਿ ਰਹੇ ਹੋ ਮੈਂ ਧਰਮੀ ਨਹੀਂ ਹਾਂ ਪਰ ਮੈਂ ਇਹੋ ਜਿਹਾ ਧਰਮ ਅਖਤਿਆਰ ਨਹੀਂ ਕਰਨਾ ਚਾਹੁੰਦਾ ਜਿਹੜਾ ਧਰਮ ਮਨੁੱਖ ਮਨੁੱਖ ਦੇ ਵਿੱਚ ਅੰਤਰ ਦਰਸਾਉਂਦਾ ਹੋਵੇ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਨੌਵੇਂ ਜਾਮੇ ਵਿੱਚ ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਜਨੇਊ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਤਾਂ ਜਨੇਊ ਦੀ ਰੱਖਿਆ ਲਈ ਕੁਰਬਾਨੀ ਕਰ ਦਿੱਤੀ ਤੁਸੀਂ ਇਸ ਘਟਨਾ ਤੋਂ ਕੀ ਸਮਝਦੇ ਹੋ ਕੀ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਖੁਦ ਪਾਉਂਦੇ ਸਨ ਕੀ ਉਹ ਜਨੇਊ ਦੇ ਹਾਮੀ ਹੋ ਗਏ ਸਨ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨਾਲੋਂ ਬਦਲ ਗਈ ਸੀ ਉਹਨਾਂ ਨੇ ਜਨੇਊ ਦੀ ਰੱਖਿਆ ਲਈ ਕੁਰਬਾਨੀ ਕਿਉਂ ਕਰ ਦਿੱਤੀ ਕਿਉਂਕਿ ਜੀ ਉਹ ਉਹਨਾਂ ਲਵੇ ਉਹਨਾਂ ਦਾ ਧਰਮ ਬਚਾਉਣ ਵਾਸਤੇ ਉਹ ਕਰਨ ਆਏ ਤੇ ਜੀ ਨਹੀਂ ਨੈਕਸਟ ਟੀਮ ਦੂਜੇ ਧਰਮ ਦੀ ਰੱਖਿਆ ਕਰਨ ਲਈ ਹਾਂਜੀ ਦੂਜੇ ਧਰਮ ਦੀ ਰੱਖਿਆ ਕਰਨ ਲਈ ਕਿ ਉਹਨਾਂ ਦਾ ਧਰਮ ਨਹੀਂ ਜੀ ਗੁਰੂ ਤੇਗ ਬਹਾਦਰ ਜੀ ਸਾਰੇ ਧਰਮਾਂ ਨੂੰ ਬਰਾਬਰ ਸਮਝਦੇ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਜੇ ਇੱਕ ਧਰਮ ਨੂੰ ਜੇ ਰਾਜੇ ਨੂੰ ਕਹਿੰਦੇ ਸੀਗੇ ਜੇ ਤੂੰ ਆਪਣੇ ਧਰਮ ਵਿੱਚ ਪੱਕਾ ਹੈ ਨਾ ਤਾਂ ਦੁਨੀਆ 'ਤੇ ਹੋਰ ਵੀ ਬਹੁਤ ਧਰਮ ਨੇ ਅਤੇ ਉਹ ਧਰਮਾਂ ਦੇ ਲੋਕ ਉਸ ਵਿੱਚ ਪੱਕਾ ਰਹਿੰਦੇ ਨੇ ਇਸ ਲਈ ਤੈਨੂੰ ਨਹੀਂ ਇਜਾਜ਼ਤ ਮੈਂ ਦਿੰਦਾ ਕਿ ਤੂੰ ਉਹਨਾਂ ਦੇ ਜਨੇਊ ਲਾ ਸੀ ਨੇੜੇ ਤੇੜੇ ਹੋਰ ਨੇੜੇ ਆ ਸਕਦੇ ਹੋ ਤਾਂ ਕੋਸ਼ਿਸ਼ ਕਰੋ ਨਹੀਂ ਮੈਂ ਅੱਗੇ ਟਾਈਮ ਪਾਸ ਕਰ ਦੇਵਾਂਗਾ ਗੁਰੂ ਸਾਹਿਬ ਨੇ ਕੁਰਬਾਨੀ ਕਿਉਂ ਕੀਤੀ ਕਿਉਂਕਿ ਸਰ ਉਹ ਕਹਿੰਦੇ ਸੀਗੇ ਕਿ ਜਿਹੜਾ ਕੀ ਕੁਰਬਾਨੀ ਜਨੇਊ ਦੀ ਰੱਖਿਆ ਲਈ ਕੀਤੀ ਗਈ ਸਰ ਉਹਨਾਂ ਨੇ ਇੱਕ ਧਰਮ ਦੀ ਰੱਖਿਆ ਕਰਨ ਲਈ ਕਿਉਂਕਿ ਕੋਈ ਵੀ ਪਰਸਨ ਅਗਰ ਕਿਸੇ ਵੀ ਧਰਮ ਨੂੰ ਮੰਨਦਾ ਹੈ ਤਾਂ ਉਹ ਉਸ ਧਰਮ ਵਿੱਚ ਪੱਕਾ ਹੁੰਦਾ ਆ ਉਹਨੂੰ ਉਸੇ ਧਰਮ ਵਿੱਚ ਵਿਸ਼ਵਾਸ ਹੁੰਦਾ ਹੈ ਇਸੇ ਵਿਸ਼ਵਾਸ ਨੂੰ ਬਚਾਉਣ ਲਈ ਉਹਨਾਂ ਨੇ ਇਹਨਾਂ ਨੂੰ ਅੱਧੇ ਨੰਬਰ ਦੇ ਦਿਓ ਜੀ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ ਸੀ ਗੁਰੂ ਸਾਹਿਬ ਨੇ ਹਿਊਮਨ ਰਾਈਟਸ ਦੀ ਗੱਲ ਕੀਤੀ ਭਾਵੇਂ ਉਹ ਜਨੇਊ ਨੂੰ ਨਹੀਂ ਪਹਿਨਦੇ ਸਨ ਜਨੇਊ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸਨ ਇੱਥੇ ਬੇਟਾ ਜੀ ਇੱਕ ਗੱਲ ਦਾ ਖਿਆਲ ਰੱਖਣਾ ਜੇ ਉਸ ਵਕਤ ਇਸ ਤਰ੍ਹਾਂ ਦਾ ਮਾਹੌਲ ਸੀ ਹਾਲਾਤ ਪੋਲੀਟੀਕਲ ਇਹੋ ਜਿਹੇ ਸਨ ਕਿ ਮੁਸਲਮਾਨ ਤਖ਼ਤ 'ਤੇ ਬੈਠੇ ਸਨ ਅਤੇ ਉਹ ਹਿੰਦੂਆਂ ਉੱਪਰ ਜ਼ੁਲਮ ਕਰ ਰਹੇ ਸਨ ਪਰ ਜੇ ਉਲਟ ਹੁੰਦਾ ਹਿੰਦੂ ਤਖ਼ਤ 'ਤੇ ਹੁੰਦੇ ਅਤੇ ਉਹ ਮੁਸਲਮਾਨਾਂ ਉੱਤੇ ਜ਼ੁਲਮ ਕਰ ਰਹੇ ਹੁੰਦੇ ਤਾਂ ਫਿਰ ਗੁਰੂ ਸਾਹਿਬ ਨੇ ਜਨੇਊ ਵਾਲਿਆਂ ਨਾਲ ਨਹੀਂ ਸੀ ਖੜਨਾ ਫਿਰ ਉਹਨਾਂ ਨੇ ਸੁਨਤ ਵਾਲਿਆਂ ਨਾਲ ਖੜ ਜਾਣਾ ਸੀ ਅਤੇ ਸੁਨਤ ਦੀ ਰੱਖਿਆ ਦੇ ਲਈ ਜਨੇਊ ਵਾਲਿਆਂ ਨੂੰ ਵੰਗਾਰ ਕਰਨੀ ਸੀ ਕਿ ਤੁਸੀਂ ਸੁਨਤ ਵਾਲਿਆਂ 'ਤੇ ਜ਼ੁਲਮ ਨਾ ਕਰੋ ਮੈਂ ਸੁਨਤ ਦੀ ਰਾਖੀ ਵੀ ਕਰਾਂਗਾ ਮੈਂ ਜਨੇਊ ਦੀ ਰਾਖੀ ਵੀ ਕਰਾਂਗਾ ਕਿਉਂਕਿ ਮੈਂ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਦਾ ਇਹ ਵਿਲੱਖਣ ਸਾਡੀ ਵਿਚਾਰਧਾਰਾ ਹੈ